ਅਸੀਂ ਪੰਜਾਬ ਦੇ ਜਿਹੜੇ ਭਗਤੀ ਮਸਲੇ ਆ ਅਸੀਂ ਉਹਨਾਂ ਤੇ ਹੱਲ ਕਰਨ ਵਿੱਚ ਆਪਣਾ ਜਿਹੜਾ ਪੂਰਨ ਕਾਰੋਬਾਰ ਕਰ ਰਹੇ ਹਾਂ। ਸੋ ਅਸੀਂ ਪੰਜਾਬ ਦੇ ਨਾਲ ਜਿੰਨੇ ਵੀ ਮਸਲੇ ਜੁੜੇ ਆ, ਚਾਹੇ ਉਹ ਨਸ਼ੇ ਦਾ ਹੈ, ਚਾਹੇ ਉਹ ਬੇਰੁਜ਼ਗਾਰੀ ਦਾ, ਚਾਹੇ ਉਹ ਸਿੱਖਿਆ ਦਾ, ਚਾਹੇ ਉਹ ਮੈਡੀਕਲ ਸਹੂਲਤਾਂ ਦਾ, ਚਾਹੇ ਉਹ ਨਾਰੀ ਜਿਹੜੀ ਹੈ ਇਹਦੀ ਸੁਰੱਖਿਆ ਦਾ, ਸੋ ਸਾਰਿਆਂ ਵਾਸਤੇ ਅਸੀਂ ਹੱਲ ਕਰਨ ਵਾਸਤੇ ਸਦਾ ਤਤਪਰ ਹਾਂ ਅਤੇ ਤਤਪਰ ਰਹਾਂਗੇ। ਨਸ਼ਿਆਂ ਅਤੇ ਰੋਕਥਾਮ ਵਾਸਤੇ ਸਾਡੀ ਪੈਨਲ ਤਿਆਰ ਹੈ, ਬਸ ਸਹੁੰ ਚੁੱਕਦੇ ਆ ਮਾਨ ਸਾਹਿਬ ਅਤੇ ਉਦੋਂ ਬਾਅਦ ਸਾਡੀ ਕਮੇਟੀ ਤਿਆਰ ਹੈ ਜੀ। ਨਸ਼ਿਆਂ ਦੇ ਜਿਹੜੇ ਵਪਾਰੀ ਉਹਨਾਂ ਨੂੰ ਫੜ ਕੇ ਲੋਕਅਪ ਕੀਤਾ।